ਜੀ ਰੈਸਟੋਰੈਂਟ ਆਪਾਂ ਪਹੁੰਚ ਗਏ ਆ ਕੇਕ ਅੰਬਰ ਨੀਚੇ ਦੇਖ ਕੇ ਬੇਟਾ ਚਲੋ 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 ਬੱਚੇ ਇੱਥੇ ਖੇਡਣ ਲੱਗ ਗਏ ਦੇਖੋ Happy birthday to you. Happy birthday to you. Happy birthday. ਦੇਖੋ ਜੀ ਤੁਹਾਨੂੰ ਆਪਾਂ ਪੁੱਠਾ ਘਰ ਦਿਖਾਈਏ ਦੇਖੋ ਸੋਫਾ ਕਿੱਥੇ ਚੜਿਆ ਫਿਰਦਾ ਜ਼ੋਰਾ ਫੋਟੋ ਸ਼ੂਟ ਕਰਾ ਲਈ ਦੇਖੋ ਜੀ ਪੁੱਠਾ ਸੋਫਾ ਲੈਂਪ ਗਲੋਬ ਫੋਨ ਪੁੱਠੀ ਸੀਨਰੀ ਸਭ ਕੁਛ ਪੁੱਠਾ 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 ਭਾਬੀ ਸਿੱਧੀ ਹੈ ਇਕੱਲੀ ਤੁਹਾਨੂੰ ਵੀ ਐਂ ਕੱਢਣਾ ਚਾਹੀਦਾ ਸੀਗਾ ਚਲੋ ਚਲੋ ਜੱਟੋ ਚਲੋ ਜੀ ਉਹ ਬਾਹਰ ਸੀਗਾ ਉਹ 12 ਕੁ ਵਜੇ ਤੱਕ ਖੁੱਲ੍ਹਾ ਸੀ ਅਤੇ ਰੈਸਟੋਰੈਂਟ ਇਹ 3 ਵਜੇ ਤੱਕ ਖੁੱਲ੍ਹਾ ਕਹਿੰਦੇ ਬਾਹਰ ਹੋ ਗਿਆ ਬੰਦ ਇੱਥੇ ਵਧੀਆ ਕਰਾਊਡ ਹੈ ਹਾਲੇ ਵੀ ਹੁਣ ਆਪਾਂ ਚੱਲਦੇ ਹਾਂ ਹੋਟਲ ਠੀਕ ਹੈ ਦੇਖੋ ਜੀ ਹੈਗਾ 26 ਸੈਕਟਰ ਇੱਥੇ ਆ ਕਲਚਰ ਕਲੱਬ ਹੈ ਨਾ ਇਹ ਕਲਚਰ ਅਤੇ ਕਲੱਬ ਦੇ ਬਿਲਕੁਲ ਨੇੜੇ ਆ ਇਹ ਸਵਾਗਤ
ਇੱਥੇ ਤੁਸੀਂ ਕਦੇ ਵੀ ਆਉਣਾ ਹੋਵੇ ਤਾਂ ਆ ਸਕਦੇ ਹੋ। ਕਾਫੀ ਟੇਸਟੀ ਫੂਡ ਸੀ ਇਹਨਾਂ ਦਾ ਅਤੇ ਇਹ ਰਾਤ ਦੇ 3 ਵਜੇ ਤੱਕ ਰੈਸਟੋਰੈਂਟ ਖੁੱਲ੍ਹਾ ਹੁੰਦਾ, 12-12 ਵਜੇ ਬੰਦ ਹੋ ਜਾਂਦਾ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ, ਪਰ ਰੈਸਟੋਰੈਂਟ ਇਹਨਾਂ ਦਾ ਸਵੇਰ ਦੇ 3 ਵਜੇ ਤੱਕ ਖੁੱਲ੍ਹਾ ਹੁੰਦਾ। ਸੋ ਜੇ ਤੁਸੀਂ ਕਦੇ ਵੀ ਲੇਟ ਕਿਤੋਂ ਬਾਹਰੋਂ ਵੀ ਆਉਂਦੇ ਹੋ, ਟਰੈਵਲ ਕਰਦੇ ਹੋ, ਤਾਂ ਤੁਸੀਂ ਇੱਥੇ ਆ ਕੇ ਡਿਨਰ ਵਗੈਰਾ ਕਰ ਸਕਦੇ ਹੋ। 12:30 ਹੋ ਗਏ, ਹੁਣ ਆਪਾਂ ਹੋਟਲ ਚੱਲਦੇ ਹਾਂ। ਹੋਟਲ ਆਪਾਂ ਪਹੁੰਚ ਗਏ ਹਾਂ। ਚਲੋ ਆ ਜਾਓ ਫਿਰ, ਅਸੀਂ ਫੋਟੋ ਕਰਨ ਲਈ ਦੁਬਾਰਾ ਬਾਹਰ ਆ ਗਏ ਸੀ, ਇੱਥੇ ਫੋਟੋ ਵਗੈਰਾ ਕਲਿੱਕ ਕਰੀਆਂ ਨੇ। ਚਲੋ ਜੀ, ਬੈਗ ਮੇਰਾ, ਚਲੋ 4007 ਚ ਅਸੀਂ ਜਾਵਾਂਗੇ। ਮੰਮੀ ਹੁਣਾਂ ਦਾ ਰੂਮ ਖੋਲਦੋ, ਠੀਕ ਆ। ਚਲੋ ਇਹ ਹੈ ਜੀ ਆਪਣਾ ਰੂਮ। ਚਲੋ ਸੋ ਗਾਇਸ, ਇੱਕ ਹੋ ਚੁੱਕਿਆ, ਆਲਮੋਸਟ ਸਾਰੇ ਆਪਣੇ ਆਪਣੇ ਰੂਮਸ ਦੇ ਵਿੱਚ ਚਲੇ ਗਏ ਨੇ, ਅਤੇ ਬਸ ਹੁਣ ਆਪਾਂ ਵੀ ਕੱਪੜੇ ਵਗੈਰਾ ਚੇਂਜ ਕਰਦੇ ਹਾਂ, ਜਰਾਵਰ ਨੂੰ ਵੀ ਚੇਂਜ ਕਰਾਉਂਦੇ ਹਾਂ, ਅਤੇ ਫਿਰ ਆਪਾਂ ਕਰਦੇ ਹਾਂ ਰੈਸਟ। ਬਹੁਤ ਜ਼ਿਆਦਾ ਟਾਇਰਡ ਹੋ ਚੁੱਕੇ ਹਾਂ, ਕੱਲ੍ਹ ਆਪਾਂ ਨਵਾਂ ਵਲੋਗ ਬਣਾਵਾਂਗੇ, ਅੱਜ ਦੇ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ। ਇਹ ਸੀ ਗਾਇਸ ਹਸਬੈਂਡ ਦਾ ਬਰਥਡੇ ਵਲੋਗ, ਕਿਵੇਂ ਲੱਗਿਆ ਵਲੋਗ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਤਦ ਤੱਕ ਲਈ ਬਾਏ ਬਾਏ। ਹੈਪੀ ਬਰਥਡੇ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ।